ਸਾਡਾ ਬਲੌਗ ਅੱਜ ਦਾ ਸਟਾਰਟ ਹੋ ਗਿਆ। ਬਾਈ ਜੀ ਬੰਦੇ ਆ ਸਾਰੇ ਆ ਚੁੱਕੇ ਨੇ, ਚਾਰ ਪੰਜ ਬੰਦੇ ਨੇ ਨਹਾ ਕੇ ਨੀ ਆਇਆ ਜੀ, ਆਹ ਦੇਖ ਲੋ ਲੁਕਦਾ ਨਹਾ ਕੇ ਨੀ ਆਇਆ, ਤੌਲੀਆ ਵੀ ਲਾ ਚੁੱਕੀ ਫਿਰਦਾ। ਆ ਫਤਿਹ ਬਾਈ ਜੀ ਨੇ, ਆ ਸਾਡੇ ਸੁਖਪ੍ਰੀਤ ਜੀ ਨੇ, ਆ ਸਾਡਾ ਬਿਨਾ ਨਹਾਤਾ ਬੰਦਾ ਹੈਗਾ ਬਾਈ। ਅੱਜ ਟਾਈਮ ਨੀ ਲੱਗਾ ਬਾਈ ਨਹਾਉਣ ਨੂੰ, ਤੜਕੀ ਤੜਕੀ। ਹਾਂ 6 ਵਜੇ ਦਾ ਠਾਇਆ, ਉਦੋਂ ਕੀ ਕਰਦਾ ਸੀ, ਕੀ ਕਹਿੰਦੇ ਨੇ ਹੁਣ ਜੀ ਉਹ ਆਉਂਦੇ ਆ, ਬਸ ਪਹੁੰਚਣ ਵਾਲੇ ਨੇ। ਬੁਲਾਓ ਫਟਾਫਟ, ਆ ਗਿਆ ਦੋ ਵਾਰੀ ਫੇਰ ਆਉਣਾ ਹੀ, ਉਹਨੇ ਆਟਾ ਪਾਣੀ ਹੁੰਦਾ ਹੈਗਾ। ਲਓ ਜੀ ਸਾਰੇ ਹੁਣ ਇੱਧਰ ਨੂੰ ਕਿਉਂ ਭੱਜੇ ਆਏ, ਤੂੰ ਵੀ ਸਾਫ਼ ਕਰ ਲੈ ਮੂੰਹ, ਤੇਰਾ ਵੀ ਸਾਫ਼ ਹੋ ਜਾਏਗਾ। ਇਧਰ ਬੜਾ ਸਾਫ਼ ਹੁੰਦਾ ਕਰਕੇ ਦੇ ਜੀ, ਮੁੰਡਾ ਸਿੱਧੂਆਂ ਦਾ ਰੱਖਦਾ ਏ ਥਾਰਨੀ ਕਰੋ, ਲਾਏ ਵੀ ਦੇਖੋ, ਚੈੱਕ ਕਰੋ ਨੰਬਰ ਵੀ, ਚੈੱਕ ਕਰ ਲਓ ਇਹਦਾ, ਗੱਡੀ ਦਾ। ਰਾਜਸਥਾਨ ਤੋਂ ਆਇਆ ਬੰਦਾ ਇਹ, ਰਾਜਸਥਾਨ ਤੋਂ ਆਇਆ ਬੰਦਾ ਲਾਉਣ ਸਾਡੇ ਕੋਲੇ, ਬੰਦਾ ਸਿੱਧੂ ਆ ਗਿਆ, ਮੋਤੋ ਸਿੱਧੀ ਪਹੁੰਚ ਜਾਂਦਾ ਉੱਡੇ ਕੋਲ ਰਾਜਸਥਾਨ ਤੋਂ ਬੜਾਇਆ। ਚੱਲ ਕੋਈ ਨਹੀਂ, ਚੰਗਾ ਬਈ ਅੱਜ ਦਾ ਬਲੌਗ, ਆ ਬਲੌਗ ਵਾਲਾ, ਬਲੌਗ ਵਾਲਾ ਥੱਲੇ ਦੇਖ ਲੈ ਪਹਿਲਾਂ ਬਲੌਗ, ਨਾ ਕਿ ਨਹੀਂ ਆਇਆ, ਨਾ ਕਿ ਨਹੀਂ ਆਇਆ, ਥੱਲੇ ਵੀ ਹੋ ਗਏ ਤੁਹਾਨੂੰ। ਹੋਰ ਦੋਸਤ ਕਿੱਥੇ ਪਹੁੰਚਿਆਗਾ, ਚੱਲ ਤੂੰ ਕਿਹੜਾ ਆ ਜਾ ਯਾਰ, ਇੱਥੇ ਆ ਜਾ ਮੇਰੇ ਕੋਲੇ, ਆਹੋ ਤੂੰ ਮੇਰੇ ਕੋਲੇ ਪਹੁੰਚ ਕੇ ਰਾਂ ਫਿਰ ਦੇਖ ਲੈ ਲੈਂਜ ਨੂੰ ਦੇਗਾ। ਮਣੀ ਜੀ ਕਿਵੇਂ ਹੋ, ਆ ਗਿਆ ਬਾਈ, ਆ ਵੀ ਬਾਈ ਆ ਗਿਆ। ਇਹ ਲੜੀ ਕਿੱਥੇ ਜਾਣਾ ਬਾਈ, ਵਾਲੇ ਨਾਲ ਹੀ ਜਾਣਾ, 7 ਜਾਣੇ ਕਿਵੇਂ ਹੋ, ਤੂੰ ਕੀ ਕਰਤੀ ਗੱਡੀ ਦੀ ਬੱਲਾ ਲਾ ਲਾ, ਚੱਲ ਠੀਕ ਆ, ਆਜੋ ਆਜੋ, ਤੁਰ ਪਾਂਗੇ ਆਪਾਂ, ਆਹੋ ਫਿਰ ਤੁਰ ਪਾਂਗੇ 8 ਵਜੇ, ਹੁਣ ਇੱਧਰ ਗੱਲ ਕਰੋ, ਕਰ ਗੱਲ, ਹੁਣ 8 ਵਜੇ ਉੱਥੇ ਤਾਰ ਦਨੇ ਇਹਨਾਂ ਨੂੰ, ਇੱਥੇ ਸਿਨੇਮੇ ਕੋਲੇ ਤੁਰ ਪਿਓ ਵੀ, ਫੇਰਪੁਰ ਤੋਂ ਡਿਊਰੀ ਆਊਗਾ ਉਹ ਸਰ, ਆ ਅਰਜਨ ਵੈਲੀ ਕੀ ਹੋ ਗਿਆ ਹੁਣ ਉਹਦਾ, ਉਹ ਆਇਆ ਨਹੀਂ, ਉਹ ਪਹਿਲਾਂ ਵੀਡੀਓ ਦਾ ਸਮਾਨ ਇਕੱਠਾ ਕਰ ਜਾਂਦਾ ਸੀ, ਹੁਣ ਉਹਨੂੰ ਕਿਹਾ ਵੀ ਸਟਿਲ ਕਰਨਾ ਸੀ, ਵੀ ਸਟਿਲ ਕਰਨੇ ਤੇ ਲੈ ਯਾਰ, ਇਹ ਹੁਣ ਗੱਲ ਕੋਈ ਛੱਡ ਕੇ ਸਟਿਲ ਲੈ ਕੇ ਆਉਣਾ। ਤੁਸੀਂ ਬਾਈ ਜੀ ਕਿੱਥੇ ਜਾਣਾ ਅੱਜ, ਰਾਮਪੁਰ। ਅੱਛਾ ਫਿਰ ਤੁਸੀਂ ਇਹਦੇ ਨਾਲ ਹੀ ਆ ਗਏ ਹੈ, ਲੈਣ ਆਉਂਦੇ ਤੁਹਾਨੂੰ ਕਿ ਜਾਣਾ ਤੁਸੀਂ, ਲੈਣ 755 ਹੋਈ। ਹੋਰ ਬਾਈ ਤੁਸੀਂ ਇਸ ਸਟੈਂਡ 'ਚ ਕੀ ਖੜੇ ਹੋ, ਫੌਜੇ ਦੀ ਰਾਮ, ਆਹਾ ਲਾ ਕੀ ਨਹੀਂ ਆਉਂਦਾ ਇਹ, ਬੜੀ ਬੜੀ ਹੱਸੀ ਜਾਂਦਾ ਤੂੰ, ਮੈਂ ਦੋ ਵਾਰ ਨਾ ਆਇਆ, ਦੋ ਵਾਰ ਨਾ ਆਇਆ, ਫਿਰ ਤੂੰ ਲੇਟ ਕਿਉਂ ਹੋਇਆ, 8 ਵਜੇ ਤੂੰ ਬਾਈ ਨੂੰ ਕਹਿੰਦਾ ਸੀ, ਕਹਿੰਦਾ 8 ਵਜੇ ਬਾਈ ਦੇ ਗਿਆ, ਕਹਿੰਦਾ ਤੁਰ ਆਉਣਾ ਘਰੇ, ਫਰੀਦਕੋਟ ਲਾ ਹੀ ਜਾਂਦਾ ਦੇਖ ਲੋ, ਅਸੀਂ ਗੱਡੀ 'ਚ ਬਹਿ ਚੁੱਕੇ ਆ ਬਾਈ, ਮਹਿੰਗਾ ਕੋਟ ਆ ਪਤਾ ਕਿੰਨੇ ਦਾ ਬਾਈ, ਇਹ 6000 ਦਾ ਕੋਟ ਆ, ਬੰਦੇ ਫੇਰ ਨੀ ਪਹੁੰਚੇ, 7 ਵਜੇ ਦਾ ਟਾਈਮ ਦੇਣਾ ਸੀ ਉਹਨਾਂ ਨੂੰ, ਮਿਹਨਤ ਕਰਦੇ ਛੱਡ ਬਾਈ ਯਾਰ, ਮੰਗ ਮੰਗ ਗਰੀਬ ਬੰਦਾ, ਓਕੇ ਲੈ ਆਓ ਪੈਸੇ, ਲਾ ਲਓ ਕਿਉਂ ਲਾ ਲਓ ਪੈਸੇ, 5 ਰੁਪਏ ਲਾਉਣੇ ਪਤਾ ਕਿੰਨੇ ਔਖੇ ਨੇ, ਉਹ ਮੂਰੇ ਕਰ, ਮੂਰੇ ਕੀ ਐ, ਨੱਡੀਆਂ ਆ ਰਹੀਆਂ ਨੇ, ਪਹਿਲਾਂ ਤਾਂ ਦੱਸਿਓ ਮੈਨੂੰ, ਲੇਟ ਹੋਏ ਫਿਰਦੇ ਹੋ, ਲੇਟ ਮੇਰੇ ਪਹਿਲਾਂ ਵੀਡੀਓ ਦਾ ਸਮਾਨ ਲਗਾਏਗਾ ਸੀ, ਉਹ ਤੇਰੀ ਅੱਬਾ ਅੱਗੇ ਦਰਦ ਯਾਰ, ਪੈਰਾਂ 'ਚ ਆ ਜਾਣਗੇ ਸਿੱਧਾ, ਤੇਰੀ ਓਏ ਬੱਕੀ 'ਚ ਕੱਢਤੀ ਕਿਵੇਂ ਆ, ਅਰਜਨ ਤੂੰ ਲੇਟ ਹੋਇਆ, 7 ਵਜੇ ਦਾ ਟਾਈਮ ਦਿੱਤਾ ਤੈਨੂੰ,
ਤੁਹਾਡੀ ਜਗ੍ਹਾ ਦੇਤੀ ਮੂਰੇ ਨੇ ਪਿੱਛੇ ਲੰਘਾਉਣਾ। ਅਸੀਂ ਜਿਨ੍ਹਾਂ ਨੇ ਵਿਆਹ ਲਾਉਣ ਜਾਣਾ ਗਾ ਮੱਲ ਕੇ ਪਿੰਡ ਹਰਦੀਪੁਰ ਕੋਲੇ ਪਹੁੰਚ ਚੁੱਕੇ ਆ। ਦੇਖੋ ਹਜੇ ਤਾਂ ਘਰੇ ਜਾ ਰਹੇ ਵਿਆਹਾਂ ਦੇ, ਮੂਰੇ ਬੈਠੇ ਫਤਿਹ ਜੀ, ਇੱਧਰ ਬਣੀ, ਇੱਧਰ ਮੇਰਾ ਯਾਰ ਕਹਿੰਦੇ। ਹੋਰ ਫਿਰ ਠੀਕ ਆ? ਆਹ ਮੇਰਾ ਯਾਰ ਆਹ ਪ੍ਰੀਤ, ਸੁੱਖ ਪ੍ਰੀਤ। ਇੱਕ ਆਹ ਬੈਠਾ ਪਿੱਛੇ ਦੇਖ ਸਕਦੇ ਹੋ, ਨਾ ਕੀ ਨੀ ਆਇਆ ਕਾਲੇ ਗੱਛਿਆਂ ਵਾਲਾ। ਕਿੱਥੇ ਜਾ ਕੇ ਆਪਾਂ ਮੱਲ ਕੇ ਪਹੁੰਚ ਗਏ ਬਾਈ? ਆਪਾਂ ਪਿੱਛੇ ਮੋੜੋ, ਚੱਕੋ ਇਧਰ ਨੂੰ। ਕਿਹੜੀ ਗੱਡੀ ਜਾਏ ਅੱਜ? ਡਰਾਈਵਰ ਚ ਚੜਾਈ ਆ ਫਿਰ ਪਿੰਡ ਵਾਲੇ ਦੇਖਦੇ ਨੇ ਆਲੇ ਦੁਆਲੇ ਸਾਰੇ ਤੁਹਾਡੇ ਕਣੀ ਜੋ ਮੂਹਰੇ ਬੈਠਾ ਸਟੂਡੀਓ ਵਾਲਾ ਸਾਡੇ ਮੇਨ ਗਲਤ ਹੈਗੀ ਵੀਰੇ ਯਾਰ, ਗਲਤ ਹੈਗੀ। ਫੋਨ ਲਾ ਲੋ ਯਾਰ, ਐਂ ਤਾਂ ਫਿਰ ਕੰਮ ਗਲਤ ਹੋ ਜਾਂਦਾ ਨਾ। ਫੋਨ ਲਾਉਣ ਪਿੱਛੇ ਕਿੱਦਾਂ ਜਾ ਰਿਹਾ ਇਹ? ਇੱਕ ਆ ਗਿਆ, ਦੋ ਰਹਿੰਦੇ ਨੇ ਆ ਘਰ ਆ ਵਿਆਹ ਲਿਆ ਮੁੰਡਿਆਂ ਦਾ ਵੀ ਦੇਖਣ ਲੱਗ ਗਿਆ ਆਉਂਗੀ ਕਿ ਨਹੀਂ ਆ ਵਿਆਹ। ਪਹੁੰਚ ਗਏ ਜੀ? ਚਲੋ ਅੱਗੇ ਫਿਰ, ਤੁਸੀਂ ਤਾਂ ਮੇਨ ਬੰਦੇ ਹੋ ਸਾਡੇ ਹੁਣ। ਉੱਠ ਖੜੇ ਇਹ ਬਾਰੇ ਚੱਲੀ ਗੱਲ ਖਿਜੇ ਪਏ ਨੇ ਫਤਿਹ ਜੀ ਖਿੱਚਣੇ ਆ ਹੁਣ ਉੱਥੇ ਵਾਪਸ ਜਾ ਉਹਦਾ ਬਰਨਾਲੇ। ਕੋਈ ਨੀ ਜਾਂਦਾ ਮੈਂ, ਕੋਈ ਨੀ ਮੇਰਾ ਹੋਰ ਕੀ ਹੋਣ ਹੱਲ ਲੋਟ। ਦੂਜੇ ਦੋ ਬੰਦੇ ਕਿੱਧਰ ਗਏ? ਭੁੱਖ ਲੱਗੀ? ਭੁੱਖ ਲੱਗੀ? ਕੰਮ ਕਰਿਆ ਵਧੀਆ? ਕੰਮ ਵਧੀਆ। ਕਿੱਦਾਂ ਲੱਗਿਆ? ਹੋ ਗਿਆ? ਕਿਹਾ ਜੇ ਰਹਿੰਦਾ ਅਜੇ? ਰਹਿੰਦਾ ਰੋਟੀ ਖਾਣ ਭੁੱਖ ਲੱਗੀ ਹੈ ਨਾ, ਭਜਾ ਲਿਆ ਉਹ ਸਾਡੇ ਬੰਦੇ ਨੇ। ਪਹਿਲਾਂ ਸ਼ੂਟ ਅਸੀਂ ਸਟਾਰਟ ਕਰ ਰਿਹਾ, ਪਹਿਲਾਂ ਵੀ ਕਰਕੇ ਆਏ ਨੇ ਇਹ। ਦੇਖੋ ਜੀ ਮੰਜੇ ਬਿਸਤਰੇ ਇਕੱਠੇ ਕਰਨ ਚੱਲੇ ਨੇ, ਬਲੌਗ ਸਾਡਾ ਤਿਆਰ ਆ, ਹੱਥ ਮਾਰ ਰਹੇ ਫਤਿਹ ਜੀ। ਮਾਰਿਆ ਦੁਬਾਰੇ ਫਿਰ ਮੂਹਰੇ ਜਾ ਰਹੇ ਨੇ। ਹੋਰ ਬਾਈ ਠੀਕ ਹੋ? ਸਾਰੇ ਓਕੇ? ਰਿਪੋਰਟਰ ਫਤਿਹ ਜੀ ਸਮਝਾਉਂਦੇ ਹੋਏ ਆ ਰਹੇ ਨੇ ਸਾਡੇ ਕੋਲ, ਸ਼ਾਟ ਲੈ ਰਹੇ ਨੇ ਫਤਿਹ ਜੀ ਸਮਝਾ ਕੇ। ਭੱਜ ਕੇ ਚੜ ਜਾਓ।
ਐਵਰੇਜ ਨਹੀਂ ਰੱਖਣਾ ਕਿਵੇਂ ਉਧਰ ਦੇਖੋ ਲਲਕਾਰੇ ਮਾਰਦੇ ਫੜੇ ਫਤਿਹ ਜੀ ਡਾਇਰੈਕਸ਼ਨ ਸਮਝਾ ਰਹੇ ਨੇ ਦੇਖ ਸਕਦੇ ਹੋ ਤੁਸੀਂ ਕਿਹੜੇ ਪਿੰਡ ਚ ਸ਼ੂਟ ਕਰ ਰਹੇ ਹੋ ਜੀ ਅੱਜ ਅਸੀਂ ਕਰ ਰਹੇ ਹਾਂ ਕਿ ਬਗਰਾੜੀ ਪਿੰਡ ਮੰਨ ਕੇ ਹਾਂਜੀ ਚੰਗਾ ਮੰਜੇ ਵਿਸਤਰੇ ਇਕੱਠੇ ਕਰਨਾ ਸ਼ੂਟ ਗਾਣੇ ਦਾ ਬਣਾ ਰਹੇ ਹੋ ਕੱਲ ਨੂੰ ਵਿਆਹ ਚ ਚਲਾਉਣਾ ਹੋਊਗਾ ਫਿਰ ਹਨਾ ਕਹਿੰਦੇ ਆ ਮੁੰਡਾ ਕਨਫਿਊਜ਼ ਹੋ ਗਿਆ ਅੱਗੇ ਵੀ ਕਿਹੜੇ ਫੋਨ ਤੇ ਵੀਡੀਓ ਬਣਾਉ ਉਹ ਜੀਵ ਨਾ ਕੱਢ ਪਈ ਇਹਦਾ ਕੁੜਤਾ ਪਜਾਮਾ ਵੀ ਤੇ ਦੂਜਾ ਹਾਂਜੀ ਆਪਾਂ ਪਹੁੰਚ ਚੁੱਕੇ ਆ ਬਾਣਾ ਦੇ ਵਿੱਚ ਫਤਿਹ ਸਟੂਡੀਓ ਨਾਲ ਗਾਣੇ ਦੀ ਸਟਾਰਟਿੰਗ ਹੋ ਰਹੀ ਹੈਗੀ ਦੇਖੋ ਉਧਰ ਹੋ ਜਾ ਉਧਰ ਨੂੰ ਹੋ ਜਾ ਫਤਿਹ ਹੁਣੀ ਖੜੇ ਨੇ ਵੀਰੇ ਉੱਥੋਂ ਜਿਵੇਂ ਉਹ ਘਾ ਚੱਕ ਕੇ ਲੈ ਕਾਣਾ ਹੁੰਨਾ ਕਾ ਕੈਮਰਾ ਲੈ ਕੇ ਅੰਕਲ ਹੁਣਾਂ ਨੂੰ ਲਾਤਾ ਕਹੀ ਲਾ ਕੇ ਘਾ ਕਰਨ ਲਈ ਕਰੀ ਚਲੋ ਕੰਮ ਕਰਦੇ ਹੋਏ ਕੈਮਰੇ ਚ ਮੂੰਹ ਨਾ ਉਹ ਕਰਿਓ ਬਸ ਨਿਕਲ ਜਾਓ ਨਾ ਕੈਮਰੇ ਚੋਂ ਫਤਿਹ ਫੋਟੋਗ੍ਰਾਫੀ ਵੱਲੋਂ ਸ਼ੂਟ ਹੋ ਰਿਹਾ ਤੇ ਆ ਸਾਡੀ ਟੀਮ ਖੜੀ ਹੈ ਇਹ ਮੁੰਡੇ ਐਡੀਟਿੰਗ ਕਰਨਗੇ ਐਡੀਟਿੰਗ ਇਹਨਾਂ ਨੇ ਕਰਨੀ ਹੈ ਹਾਂ ਵੀ ਤੂੰ ਪਹਿਲੀ ਥੱਕ ਕੇ ਬਹਿ ਗਿਆ ਬਸ ਵਿਹਲੇ ਸੀ ਬਹਿ ਗਏ ਇਹ ਮੁੰਡਾ ਕੱਢੂ ਵਾਈਡ ਸ਼ਾਟ ਵੱਡੇ ਵੱਡੇ ਸ਼ਾਟ ਲਾਉਣੇ ਇਹਨੇ ਮੁੰਡੇ ਨੇ ਇਧਰ ਥੋੜੇ ਟਾਈਮ ਤੱਕ ਭੈਣ ਹੁਣ ਰੋਟੀ ਵੀ ਲੈ ਕੇ ਆਉਣਗੇ ਇਹਨਾਂ ਵਾਸਤੇ ਆਂਟੀ ਵੀ ਖੜੇ ਨੇ ਨਾਲ ਕਹਿੰਦੇ ਫਾਰਚੂਨਰ ਵੀ ਆ ਗਈ ਹੈ ਸੂਟ ਤੇ ਸੈਂਟਰ ਲੋਕ ਲਾ ਦੀ ਇਹਨੂੰ ਉਹੀ ਪੋਜੀਸ਼ਨਾਂ ਤੇ ਰਹੋ ਠੀਕ ਹੈ ਹੁਣ ਆਂਟੀ ਹੁਣਾਂ ਦਾ ਰੋਲ ਹੋਣ ਲੱਗਿਆ ਫਤਿਹ ਫੋਟੋਗ੍ਰਾਫੀ ਵੱਲੋਂ ਸ਼ੂਟ ਚੱਲ ਰਿਹਾ ਹੈਗਾ ਜਲਦੀ ਵਲੌਗ ਬਣਾ ਕੇ ਆਪਾਂ ਦਿਖਾਵਾਂਗੇ ਥੋੜ੍ਹਾ ਪਿੱਛੇ ਨੂੰ ਹੋਊਗਾ ਦੋਨਾਂ ਨੇ ਜਦੋਂ ਦੇਖਾਂਗੇ ਨਾ ਇੱਕ ਦੂਜੇ ਕੰਨੀ ਦੇਖਦੇ ਹੋਏ ਚੰਗਾ ਨਾਲ ਤੇ ਇੱਧਰ ਖੇਤ ਕੰਨੀ ਦੇਖਣਾ ਖੇਤ ਕੰਨੀ ਆਏ ਨਾਲ ਇੱਕ ਦੂਜੇ ਕੰਨੀ ਦੇਖਣਾ ਚੰਗਾ ਦੇਖੋ ਬਾਹਰ ਨੂੰ ਖੇਤਾਂ ਕੰਨੀ ਹਾਂ ਹੁਣ ਇੱਕ ਦੂਜੇ ਕੰਨੀ ਦੁਬਾਰਾ ਰੀਟੇਕ ਹੋ ਰਿਹਾ ਹੈਗਾ ਮਾਤਾ ਜੀ ਹੱਸ ਪਏ ਸੀਗੇ ਹਾਂ ਮਾਤਾ ਜੀ ਹੱਸ ਪਏ ਸੀਗੇ ਥੋੜਾ ਸੀਰੀਅਸ ਰਹਿਣਾ ਹਨਾ ਜੀ ਹਾਂਜੀ ਘੁੰਡ ਕੱਢ ਲਿਆ ਜੀ ਬੀਬੀ ਨੇ ਪੁਰਾਣਾ ਦੁਬਾਰਾ ਰੀਟੇਕ ਹੋ ਰਿਹਾ ਸ਼ਾਟ ਇੱਧਰ ਦੇਖ ਕੇ ਨਾ ਫਿਰ ਹਾਂਜੀ ਉਹ ਵੀਰੇ ਹੋਣੀ ਕਿੰਨੀ ਮਾਰਨੀ ਚਲੋ ਜੀ ਡੋਲੂ ਦਾ ਛੋਟ ਅਗਲਾ ਡੋਲੂ ਲੈ ਕੇ ਚਲੋ ਕਰੋ ਹਾਂ ਚਲੋ ਮਾਤਾ ਪਿੱਛੇ ਚੱਲ ਚੱਲ ਖਾਲੀ ਕਰ ਇਹਨੂੰ ਇੱਥੋਂ ਤੈਨੂੰ ਪਤਾ ਨਹੀਂ ਸ਼ੂਟਿੰਗ ਚੱਲਦੀ ਆ ਇੱਥੇ ਹਾਂ ਇੱਧਰ ਲਾ ਦੇ ਇਹਨੂੰ ਹੁਣ ਨਹੀਂ ਉੱਥੇ ਰੁਕਣੀ ਹੈਗੀ ਓਕੇ ਆ ਹੁਣ ਨੈਚੁਰਲੀ ਜਾਣਾਗਾ ਤੁਸੀਂ ਉੱਥੇ ਜਾ ਕੇ ਕਰ ਲਿਓ ਖੜ ਜਾਓ ਤੁਰੋਗੇ ਜਾ ਕੇ ਤੁਸੀਂ ਭੈਣੇ ਚੰਗਾ ਹਾਕ ਮਾਰਨੀ ਉੱਥੇ ਖੜ ਕੇ ਮਾਤਾ ਉੱਥੇ ਵਗ ਜੂਗੀ ਗਾਹਾਂ ਤੁਸੀਂ ਉੱਥੇ ਖੜ ਕੇ ਹਾਕ ਮਾਰਨੀ ਆ
ਚਲੋ ਜੀ ਜਾਓ ਇਧਰ ਬਲੌਕ ਦੇ ਬਹਾਨੇ ਫੋਟੋ ਸ਼ੂਟ ਚੱਲ ਰਿਹਾ ਹੈਗਾ ਜੀ ਹਾਕ ਮਾਰ ਦਿਓ ਸਮਝ ਗਏ ਆਂਟੀ ਜੀ ਹਾਕ ਮਾਰਤੀ ਹਾਂ ਚਲੋ ਤੁਸੀਂ ਇੱਧਰ ਮੰਜੇ ਕੰਨੀ ਹੋ ਜਾਓ ਹੁਣ ਆ ਜਾਓ ਕੰਮ ਛੱਡ ਕੇ ਮਾੜੇ ਕੱਪੜੇ ਝਾੜਦੇ ਹੋਏ ਮੁੰਡੇ ਨੂੰ ਰੈਸਟ ਕਰਵਾ ਦੀ ਕਹਿੰਦੇ ਬੌਬੀ ਵੀਰੇ ਨੇ ਥੱਕ ਨਾ ਜਾਈ ਕਹਿੰਦੇ ਬਹੁਤ ਕੰਮ ਕਰਨਾ ਹਜੇ ਤੂੰ ਚਲੋ ਜੀ ਹਾਕ ਮਾਰੋ ਚਲੋ ਕੱਪੜੇ ਝਾੜਦੇ ਹੋਏ ਜਾਓ ਉਧਰ ਨੂੰ ਸੈਟਅਪ ਰੈਡੀ ਹੋ ਰਿਹਾ ਥੋੜੇ ਟਾਈਮ ਤੱਕ ਸ਼ਾਟ ਲਿੱਤਾ ਜਾਊਗਾ ਉਵੇਂ ਹੱਥ ਮਾਰਨਾ ਸੋਨੇ ਚੰਗਾ ਉਵੇਂ ਹੱਥ ਮਾਰਦੇ ਹੋਏ ਵੀ ਰੋਟੀ ਖਾਣੀ ਠੀਕ ਆ ਠੀਕ ਆ ਜਦਾ ਇਧਰ ਦੇਖ ਰਿਹਾ ਮੁੰਡਾ ਕੱਢ ਕੇ ਗਲਾਸ ਹੱਥ ਚ ਫੜ ਕੇ ਪਾਉਣਾਗਾ ਕੋਈ ਉਵੇਂ ਮਾਤਾ ਪਾਣੀ ਪਾਓ ਗਾਣਾ ਬੰਦ ਕਰ ਚਲੋ ਤੁਸੀਂ ਕਰੋ ਜੀ ਭੈਣੇ ਕੀ ਖੜ ਜਾਓ ਮਾਤਾ ਜੀ ਇੱਕ ਮਿੰਟ ਖੜ ਜਾਓ ਹਾਂ ਨੈਚੁਰਲ ਜੀ ਗੱਲਾਂ ਜੀ ਆਪਾਂ ਕਰ ਦਿੰਨੇ ਚਲੋ ਸਟਾਰਟ ਹੋ ਜਾ ਕੋਨੋ ਚਲੋ ਮਾਤਾ ਪਾਣੀ ਪਾ ਦੇ ਓਏ ਔਖਿਆ ਹੋ ਗਿਆ ਓਕੇ ਮਾਤਾ ਇੱਧਰ ਨਾ ਦੇਖੋ ਸਟਾਰਟ ਹੋਈਏ ਚ ਕੱਢੋ ਬਾਪੂ ਦਾੜੀ ਸੈੱਟ ਕਰਦਾ ਹੋਇਆ ਵਿੱਚ ਬਲੌਕ ਦੇ ਬੜਾ ਕੱਬਾ ਸੁਭਾਅ ਕਹਿੰਦੇ ਬਾਈ ਦਾ ਬਾਣਾ ਚ ਤੋਰਤਾ ਸਾਰਿਆਂ ਨੂੰ ਫਤਿਹ ਫੋਟੋਗ੍ਰਾਫੀ ਵਾਲੇ ਬੱਟਾਂ ਦੇ ਤੁਰੀ ਫਿਰਦੇ ਆ ਸੌਂਗ ਸ਼ਾਰਟ ਰੀਟੈਕ ਹੋ ਰਿਹਾ ਰੀਟੈਕ ਹੋ ਰਿਹਾ ਬੇਬੀ ਨੂੰ ਤੁਰਨਾ ਔਖਾ ਹੋ ਰਿਹਾ ਹਨਾ ਜੀ ਤੁਸੀਂ ਸਾਈਡ ਤੇ ਆ ਜਾਓ ਤਿੰਨ ਜਣੇ ਆਹ ਵਾਹ ਪਰੇ ਕਰਦੇ ਸਕੂਟਰੀ ਵੀ ਕਰ ਬਈ ਉੱਠ ਕੇ ਆ ਦੇਖੋ ਜੋਟੀ ਪਾ ਲੋ ਤਿੰਨੇ ਜਣੇ ਮੇਰਾ ਸ਼ਾਰਟ ਸਮਝਾ ਰਿਹਾ
ਮਾਤਾ ਦੇ ਆਲੇ ਦੁਆਲੇ ਘੁੰਮਣਾ ਗਾ ਤੁਸੀਂ ਜੋਟੀਆਂ ਪਾ ਕੇ ਸਾਰਿਆਂ ਨੇ ਤੇ ਫੇਸ ਤੇ ਸਮਾਈ ਰੱਖਣੀ ਆ ਦੱਸ ਰਹੇ ਨੇ ਹਾਂਜੀ ਮਾਤਾ ਜੀ ਦੇਖ ਰਹੇ ਨੇ ਆਪਣੇ ਬੱਚਿਆਂ ਵੱਲ ਸਾਰੇ ਘੁੰਮ ਰਹੇ ਨੇ ਪੂਰੀ ਸਮਾਈਲ ਆ ਰਹੀ ਹੈ ਖੁਸ਼ ਨੇ ਸਾਰੇ ਨੇੜੇ ਤੋਂ ਸ਼ਾਟ ਲਿਆ ਰਿਹਾ ਹੁਣ ਕੀ ਕਿਹਾ ਸੀ ਦੁਬਾਰੇ ਬੋਲੋ ਕੁਛ ਨੀ ਕਹਦੇ ਹਲੇ ਲੋਈਆ ਹਲੇ ਲੋਈਆ ਪ੍ਰਭੂ ਜਸ ਮੁਸੀ ਕੀ ਜੈ ਰਾਜਦੀਪ ਕੰਨੀ ਦੇਖ ਰਾਜਦੀਪ ਕੰਨੀ ਹੱਸਦੇ ਹੋਏ ਦੇਖੋ 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 ਰਾਜਦੀਪ ਕੰਨੀ ਮਾਤਾ ਮੂੰਹ ਕਮਾ ਮਾਤਾ ਇੱਕ ਦੂਜੇ ਵੀ ਨਹੀਂ ਦੇਖੋ ਤੁਸੀਂ ਹਾਂਜੀ ਓਕੇ ਜੀ ਬੀਬੀ ਨੂੰ ਬੁਲਾਇਆ ਵੀਰੇ ਹੁਣਾਂ ਨੇ ਕਹਿੰਦੇ ਬੀਬੀ ਤੁਸੀਂ ਵੀ ਨਾਲ ਤੁਰ ਕੇ ਆਉਣਾ ਗਾ ਬੀਬੀ ਉਹਨਾਂ ਕੋਲ ਜਾ ਰਹੇ ਨੇ ਭੱਜ ਕੇ ਆਉਣਾ ਉਹਨਾਂ ਨੇ ਕੱਢਾਂਗੇ ਆਪਾਂ ਤਿੰਨੇ ਜਾਣੇ ਭੱਜ ਕੇ ਆਉਣਾ ਗਾ ਆਏ ਜਿਵੇਂ ਹੱਥ ਖੋਲ ਕੇ ਭੱਜਦੇ ਹੁੰਦੇ ਆਗੇ ਹਾਂ ਭੱਜ ਕੇ ਆਉਣਾ ਚੰਗਾ ਉਹਦੇ ਮਾਤਾ ਨੂੰ ਪਹਿਲਾਂ ਕੁੜੀ ਤੂੰ ਪਾਉਣੀ ਜੱਫੀ ਸਟਾਰਟ ਆ ਜਾਓ ਭੱਜ ਕੇ ਦੁਬਾਰੇ ਸ਼ਾਟ ਲਿੱਤਾ ਜਾ ਰਿਹਾ ਡਾਇਰੈਕਟਰ ਸਾਹਿਬ ਥੋੜਾ ਪਿੱਛੇ ਹੋ ਹਾਂਜੀ ਨੇੜੇ ਤੋਂ ਸ਼ਾਟ ਲਿੱਤਾ ਜਾ ਰਿਹਾ ਹੈਗਾ ਵੈਸੇ ਸ਼ਾਟ ਬਹੁਤ ਸੋਹਣਾ ਸੀਗਾ ਦੁਬਾਰਾ ਰੀਟੇਕ ਹੋ ਰਿਹਾ ਬੀਬੀ ਨੂੰ ਗੋਦੀ ਚ ਬਿਠਾਇਆ ਜਾ ਰਿਹਾ ਹੋ ਗਿਆ ਜੀ ਆ ਗਏ ਜੀ ਆ ਗਏ ਜੀ ਆ ਗਏ ਬਈ ਪਾਣੀ ਆ ਵਿੱਚ ਰੁਕ ਜਾਓ ਜੀ ਰੁਕ ਬੀਬੂ ਨੂੰ ਬਾਪੂ ਦੇ ਮਗਰ ਬਿਠਾਇਆ ਜਾ ਰਿਹਾ ਵੀਰਾ ਹੈਲਪ ਕਰ ਰਿਹਾ ਕਹਿੰਦਾ ਜੀ ਬਾਪੂ
ਏ ਹੌਲੀ ਹੌਲੀ ਜੀ ਹੌਲੀ ਬੀਬੀ ਸਾਹਮਣੇ ਦੇਖੋ ਤੁਸੀਂ ਉਧਰ ਦੇਖੋ।